ਦੇਵ ਜੀ ਦੇ ਰਚਨਾਵਾਂ ਜੋ ਆਪਣੇ ਮਨ ਦੇ ਭਾਵ ਜੋ ਹਨ ਉਹਨਾਂ ਨੇ ਕਵਿਤਾ ਦੇ ਰਾਹੀਂ ਜੋ ਸਮੁੱਚਾ ਖਾਲਸਾ ਪੰਥ ਅੱਜ ਆਪਣਾ ਜਨਮ ਦਿਹਾੜਾ ਖਾਲਸਾ ਸਾਜਨਾ ਦਿਵਸ ਦੇ ਰੂਪ ਦੇ ਵਿੱਚ ਮਨਾਉਣਾ ਕਰ ਰਿਹਾ ਹੈ, ਉਸ ਲੜੀ ਦੇ ਤਹਿਤ ਜਿੱਥੇ ਕਵੀਸ਼ਰ ਸਾਹਿਬਾਨ ਢਾਡੀ ਸਾਹਿਬਾਨ ਆਪ ਜੀ ਨੂੰ ਗੁਰੂ ਜਸ ਦੇ ਨਾਲ ਆਪਣੇ ਵਡਮੁੱਲੇ ਵਿਰਸੇ ਦੇ ਨਾਲ ਜੋੜਨ ਦੀ ਸੇਵਾ ਨਿਭਾ ਰਹੇ ਹਨ, ਉੱਥੇ ਹੀ ਕਵੀ ਜਨ ਜਿੱਥੇ ਸਤਿਗੁਰਾਂ ਨੇ ਉਹਨਾਂ 'ਤੇ ਮਹਿਰਾਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਪੌਂਟਾ ਸਾਹਿਬ ਦੇ ਪਾਵਨ ਅਸਥਾਨ 'ਤੇ ਕਵੀ ਜਨ ਜੋ ਸਨ ਉਹਨਾਂ ਦਾ ਸਤਿਗੁਰੂ ਜੀ ਅਥਾ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਕਵਿਤਾਵਾਂ ਨੂੰ ਸੁਣ ਕਰਕੇ ਬੇਅੰਤ ਬਖਸ਼ਿਸ਼ਾਂ ਦੇ ਨਾਲ ਨਿਵਾਜਨਾ ਕਰਦੇ ਸਨ। ਸੋ ਹੁਣ ਕਵੀ ਦਰਬਾਰ ਦੀ ਸਮਾਪਤੀ ਹੈ। ਇੱਕ ਛੋਟਾ ਜਿਹਾ ਗੁਰਸਿੱਖ ਬੱਚਾ ਕਾਕਾ ਮਹਿਰਾਮਤ ਸਿੰਘ ਇੱਕ ਛੋਟੀ ਜਿਹੀ ਕਵਿਤਾ ਜੋ ਹੈ ਵਿਸਾਖੀ ਪੁਰਬ ਦੇ ਸੰਬੰਧ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਵੇਗਾ। ਉਪਰੰਤ ਢਾਡੀ ਜੱਥੇ ਕਵੀਸ਼ਰ ਜੱਥੇ ਆਪ ਜੀ ਨੂੰ ਗੁਰੂ ਜਸ ਦੇ ਨਾਲ ਜੋੜਨ ਦੀ ਸੇਵਾ ਨਿਭਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਮਹਿਰਾਮਤ ਸਿੰਘ, ਮੇਰੀ ਕਵਿਤਾ ਦਾ ਨਾਮ ਹੈ ਵਿਸਾਖੀ ਆਉਂਦੀ ਹੈ। ਵਿਸਾਖੀ ਆਉਂਦੀ ਹੈ, ਵਿਸਾਖੀ ਆਉਂਦੀ ਹੈ, ਜਦੋਂ ਕੋਈ ਗੱਲ ਕਰਦਾ ਹੈ ਸਿਰ ਲੱਥ ਹੈ ਵੀਰਾਂ ਦੀ, ਜਦੋਂ ਕੋਈ ਗੱਲ ਕਰਦਾ ਹੈ ਛਾਤੀ ਖੁੱਭੇ ਵੀਰਾਂ ਦੀ, ਜਦੋਂ ਕੋਈ ਗੱਲ ਕਰਦਾ ਹੈ ਨਵੀਆਂ ਸ਼ਮਸ਼ੀਰਾਂ ਦੀ, ਅੱਖਾਂ ਦਾ ਹੋ ਜਾ ਜਵਾਨੀ ਦੀ, ਜਦੋਂ ਕੋਈ ਗੱਲ ਕਰਦਾ ਹੈ ਗੁਰੂ ਲਈ ਕੁਰਬਾਨੀ ਦੀ, ਜਦੋਂ ਕੋਈ ਗੱਲ ਕਰਦਾ ਹੈ ਪੁੱਤਰਾਂ ਦੇ ਦਾਨੀ ਦੀ, ਸਿਰ ਸ਼ਰਧਾ ਨਾਲ ਝੁਕਦਾ ਹੈ ਗੁਰਸਬਾਨ ਗਾਉਂਦੀ ਹੈ, ਵਿਸਾਖੀ ਯਾਦ ਆਉਂਦੀ ਹੈ, ਵਿਸਾਖੀ ਯਾਦ ਆਉਂਦੀ ਹੈ, ਜਦੋਂ ਕੋਈ ਗੱਲ ਕਰਦਾ ਹੈ ਜ਼ੁਲਮਾਂ ਦੇ ਵੇਲੇ ਦੀ, ਜਦੋਂ ਕੋਈ ਗੱਲ ਕਰਦਾ ਹੈ ਸ਼ਹੀਦੀ ਦੇ ਮੇਲੇ ਦੀ, ਜਦੋਂ ਕੋਈ ਗੱਲ ਕਰਦਾ ਹੈ ਸੱਚੇ ਗੁਰੂ ਚੇਲੇ ਦੀ, ਦਿਲ ਫੜਾਉਂਦਾ ਹੈ ਰੂਹੀ ਜਾਨ ਪਾਉਂਦੀ ਹੈ, ਵਿਸਾਖੀ ਯਾਦ ਆਉਂਦੀ ਹੈ, ਵਿਸਾਖੀ ਯਾਦ ਆਉਂਦੀ ਹੈ, ਜਦੋਂ ਕੋਈ ਗੱਲ ਕਰਦਾ ਹੈ ਬਾਗ ਚੱਲੀ ਕੋਈ ਦੀ, ਜਦੋਂ ਕੋਈ ਗੱਲ ਕਰਦਾ ਹੈ ਖੇਡੀ ਖੂਨੀ ਹੋਲੀ ਦੀ, ਜਦੋਂ ਕੋਈ ਗੱਲ ਜਿੰਦ ਕੋਲੀ ਦੀ, ਸੂਰਿਆ ਕੁਰਬਾਨ ਹੁੰਦੇ ਨੇ ਆਜ਼ਾਦੀ ਵੀਰ ਗਾਉਂਦੀ ਹੈ, ਵਿਸਾਖੀ ਯਾਦ ਆਉਂਦੀ ਹੈ, ਵਿਸਾਖੀ ਯਾਦ ਆਉਂਦੀ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।